ਰੂਪਨਗਰ ਤੋਂ ਕੇਸਿਸ ਚਲਾ ਮੇਰੇ ਮਾਂ ਕਿਹੜੇ ਮਰਡਰ ਦੇ ਕੇਸਿਸ ਹੈ 307 ਦੇ ਫਿਰੌਤੀ ਦੇ ਕਾਫੀ ਕੇਸਿਸ ਅਤੇ ਹੁਣ ਨੈਕਸਟ ਪੁਲਿਸ ਨੇ ਕੀ ਕਰਨਾ ਨੈਕਸਟ ਕੁਛ ਰਿਕਵਰੀ ਦਾ ਜਿਹੜੀ ਕਰਾਉਣੀ ਹੈ ਵਰਤਨ ਦੀ ਰਿਕਵਰੀ ਕੁਛ ਪੈਸੇ ਦੀ ਰਿਕਵਰੀ ਕੋਰਟ ਚ ਗੱਲ ਪੇਸ਼ ਕਿੰਨੇ ਦਿਨ ਦੀ ਡਿਮਾਂਡ ਕਰ ਰਹੇ ਰਿਮਾਂਡ ਦੀ ਕਿੰਨੇ ਦਿਨ ਦਾ ਰਿਮਾਂਡ ਦੇਖੋ ਆਪਾਂ ਨੂੰ ਮੈਕਸਿਮਮ ਕਰਨ ਕੋਰਟ ਜਿੰਨੀ ਦੇ ਸਰ ਸਿਹਤ ਪੱਖੋਂ ਕਿੱਦਾਂ ਦਾ ਕੀ ਹਾਲ ਹੈ ਠੀਕ ਹੈ ਪਹਿਲਾਂ ਤੋਂ ਬੈਟਰ ਹੈ ਅਤੇ ਕੋਪਰੇਟ ਕਰ ਰਹੇ ਕਰੂਗਾ ਅਤੇ ਹੁਣ ਕੀ ਅਗਲੀ ਕੀ ਕਾਰਵਾਈ ਹੈਗੀ ਕਾਰਵਾਈ ਤੁਹਾਨੂੰ ਦੱਸੀ ਨਾ ਹਾਂਜੀ ਹਾਂਜੀ ਇੱਕ ਵਾਰੀ ਥੋੜ੍ਹਾ ਡਿਟੇਲ 'ਚ ਦੱਸ ਦਿਓ ਪੁੱਛੋ ਫਿਰ ਦੁਬਾਰਾ ਪੁੱਛੋ ਜੀ ਹਾਂ ਇਹ ਸਨ ਸਾਡੇ SSP ਰੂਪਨਗਰ ਸਪੇਕਨ ਸਰਮਾ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਅੱਜ ਰੋਪੜ ਪੁਲਿਸ ਵੱਲੋਂ ਦਿਲਪ੍ਰੀਤ ਬਾਬਾ ਨੂੰ ਰੋਪੜ ਲਿਆਂਦਾ ਗਿਆ ਜਿਸ ਨੂੰ ਸਿਵਲ ਹਸਪਤਾਲ ਰੋਪੜ ਭਰਤੀ ਕਰਵਾਇਆ ਗਿਆ ਅਤੇ ਤੁਸੀਂ ਦੇਖ ਰਹੇ ਹੋ ਕਿਹੜੇ ਕੇਸਾਂ ਦੇ